ਪੈਰਿਸ ਓਲੰਪਿਕ 2024 ਭਾਵੇਂ ਖਤਮ ਹੋ ਗਿਆ ਪਰ ਪਹਿਲਵਾਨ ਵਿਨੇਸ਼ ਫੋਗਾਟ ਦਾ ਮੁੱਦਾ ਅਜੇ ਵੀ ਗਰਮਾਇਆ ਹੋਇਆ। ਪੈਰਿਸ ਓਲੰਪਿਕ 2024 'ਚ ਤਗਮਾ ਜਿੱਤਣ ਦੀ ਦਾਅਵੇਦਾਰ ਵਿਨੇਸ਼ ਨੂੰ ਫਾਈਨਲ ਮੈਚ ਤੋਂ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਜੋਗ ਕਰਾਰ ਦੇ ਦਿੱਤਾ ਸੀ। ਵਿਨੇਸ਼ ਨੇ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਦੇ ਵਿੱਚ ਹਿੱਸਾ ਲਿਆ ਸੀ ਪਰ ਫਾਈਨਲ ਤੋਂ ਪਹਿਲਾਂ ਉਸਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਇਸ ਤੋਂ ਬਾਅਦ ਮੈਡੀਕਲ ਕੈਂਪ 'ਤੇ ਲਗਾਤਾਰ ਸਵਾਲ ਉੱਠ ਰਹੇ ਨੇ ਪਰ ਹੁਣ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ PT ਊਸ਼ਾ ਨੇ ਇਸ ਮੁੱਦੇ 'ਤੇ ਵੱਡਾ ਬਿਆਨ ਦਿੱਤਾ ਹੈ। ਵਿਨੇਸ਼ ਫੋਗਾਟ ਦੀ ਅਯੋਗਤਾ ਤੋਂ ਬਾਅਦ ਇੱਕ ਵਰਗ IOA ਦੀ ਮੈਡੀਕਲ ਟੀਮ ਖਾਸ ਤੌਰ 'ਤੇ ਡਾਕਟਰ ਨੇ ਉਹਨਾਂ ਦੀ ਟੀਮ ਨੂੰ ਨਿਸ਼ਾਨਾ ਬਣਾਇਆ। ਲੋਕ ਉਹਨਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾ ਰਹੇ ਨੇ ਪਰ PT ਊਸ਼ਾ ਦਾ ਸਾਫ਼ ਕਹਿਣਾ ਹੈ ਕਿ ਮੈਡੀਕਲ ਟੀਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ। PT ਊਸ਼ਾ ਨੇ ਕਿਹਾ ਹੈ ਕਿ ਕੁਸ਼ਤੀ, ਵੇਟ ਲਿਫਟਿੰਗ, ਬਾਕਸਿੰਗ, ਜੂਡੋ ਵਰਗੀਆਂ ਖੇਡਾਂ ਦੇ ਵਿੱਚ ਐਥਲੀਟਾਂ ਦੇ ਭਾਰ ਪ੍ਰਬੰਧਨ ਦੀ ਜ਼ਿੰਮੇਵਾਰੀ ਹਰੇਕ ਐਥਲੀਟ ਉਸਦੇ ਕੋਚ ਦੀ ਹੁੰਦੀ ਹੈ, ਨਾ ਕਿ IOA ਦੇ ਚੀਫ ਮੈਡੀਕਲ ਅਫਸਰਾਂ ਦੀ। IOA ਦੀ ਮੈਡੀਕਲ ਟੀਮ ਖਾਸ ਕਰਕੇ ਡਾਕਟਰ ਪ੍ਰਤੀ ਨਫ਼ਰਤ ਜੋ ਹੈ ਅਸਵੀਕਾਰਯੋਗ ਹੈ। ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ 'ਤੇ ਵਿਚਾਰ ਕਰਾਂਗੇ। PT ਊਸ਼ਾ ਨੇ ਅੱਗੇ ਕਿਹਾ, IOA ਦੁਆਰਾ ਨਿਯੁਕਤ ਮੁੱਖ ਮੈਡੀਕਲ ਅਫਸਰ ਅਤੇ ਉਹਨਾਂ ਦੀ ਟੀਮ ਨੂੰ ਖੇਡਾਂ ਤੋਂ ਕੁਝ ਮਹੀਨੇ ਪਹਿਲਾਂ ਬੋਰਡ ਵਿੱਚ ਲਿਆਂਦਾ ਗਿਆ ਸੀ। ਉਹਨਾਂ ਦਾ ਕੰਮ ਈਵੈਂਟ ਦੌਰਾਨ ਅਤੇ ਬਾਅਦ ਵਿੱਚ ਰਿਕਵਰੀ ਅਤੇ ਸੱਟ ਪ੍ਰਬੰਧਨ ਵਿੱਚ ਐਥਲੀਟਾਂ ਦੀ ਸਹਾਇਤਾ ਕਰਨਾ ਸੀ। ਇਸ ਤੋਂ ਇਲਾਵਾ IOA ਮੈਡੀਕਲ ਟੀਮਾਂ ਨੂੰ ਉਹਨਾਂ ਦੇ ਐਥਲੀਟਾਂ ਦਾ ਸਪੋਰਟ ਕਰਨ ਲਈ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਕੋਲ ਪੋਸ਼ਣ ਵਿਗਿਆਨੀਆਂ ਅਤੇ ਫਿਜ਼ੀਓਥੈਰੇਪਿਸਟਾਂ ਦੀ ਆਪਣੀ ਟੀਮ ਨਹੀਂ ਸੀ। ਉਹਨਾਂ ਇਹ ਵੀ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਹਰ ਭਾਰਤੀ ਐਥਲੀਟ ਕੋਲ ਅਜਿਹੀਆਂ ਖੇਡਾਂ ਵਿੱਚ ਆਪਣੀ ਸਪੋਰਟ ਟੀਮ ਹੈ। ਇਹ ਟੀਮਾਂ ਕਈ ਸਾਲ ਤੋਂ ਐਥਲੀਟਾਂ ਨਾਲ ਕੰਮ ਕਰ ਰਹੀਆਂ ਨੇ। ਪੈਰਿਸ ਓਲੰਪਿਕ 2024 ਭਾਵੇਂ ਖਤਮ ਹੋ ਗਿਆ ਪਰ ਪਹਿਲਵਾਨ ਵਿਨੇਸ਼ ਫੋਗਾਟ ਦਾ ਮੁੱਦਾ ਅਜੇ ਵੀ ਗਰਮਾਇਆ ਹੋਇਆ। ਪੈਰਿਸ ਓਲੰਪਿਕ 2024 'ਚ ਤਗਮਾ ਜਿੱਤਣ ਦੀ ਦਾਅਵੇਦਾਰ ਵਿਨੇਸ਼ ਨੂੰ ਫਾਈਨਲ ਮੈਚ ਤੋਂ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਜੋਗ ਕਰਾਰ ਦੇ ਦਿੱਤਾ ਸੀ। ਵਿਨੇਸ਼ ਨੇ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਦੇ ਵਿੱਚ ਹਿੱਸਾ ਲਿਆ ਸੀ ਪਰ ਫਾਈਨਲ ਤੋਂ ਪਹਿਲਾਂ ਉਸਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ। ਇਸ ਤੋਂ ਬਾਅਦ ਮੈਡੀਕਲ ਕੈਂਪ 'ਤੇ ਲਗਾਤਾਰ ਸਵਾਲ ਉੱਠ ਰਹੇ ਨੇ ਪਰ ਹੁਣ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ PT ਊਸ਼ਾ ਨੇ ਇਸ ਮੁੱਦੇ 'ਤੇ ਵੱਡਾ ਬਿਆਨ ਦਿੱਤਾ ਹੈ। ਵਿਨੇਸ਼ ਫੋਗਾਟ ਦੀ ਅਯੋਗਤਾ ਤੋਂ ਬਾਅਦ ਇੱਕ ਵਰਗ IOA ਦੀ ਮੈਡੀਕਲ ਟੀਮ ਖਾਸ ਤੌਰ 'ਤੇ ਡਾਕਟਰ ਨੇ ਉਹਨਾਂ ਦੀ ਟੀਮ ਨੂੰ ਨਿਸ਼ਾਨਾ ਬਣਾਇਆ। ਲੋਕ ਉਹਨਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾ ਰਹੇ ਨੇ ਪਰ PT ਊਸ਼ਾ ਦਾ ਸਾਫ਼ ਕਹਿਣਾ ਹੈ ਕਿ ਮੈਡੀਕਲ ਟੀਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ। PT ਊਸ਼ਾ ਨੇ ਕਿਹਾ ਹੈ ਕਿ ਕੁਸ਼ਤੀ, ਵੇਟ ਲਿਫਟਿੰਗ, ਬਾਕਸਿੰਗ, ਜੂਡੋ ਵਰਗੀਆਂ ਖੇਡਾਂ ਦੇ ਵਿੱਚ ਐਥਲੀਟਾਂ ਦੇ ਭਾਰ ਪ੍ਰਬੰਧਨ ਦੀ ਜ਼ਿੰਮੇਵਾਰੀ ਹਰੇਕ ਐਥਲੀਟ ਉਸਦੇ ਕੋਚ ਦੀ ਹੁੰਦੀ ਹੈ, ਨਾ ਕਿ IOA ਦੇ ਚੀਫ ਮੈਡੀਕਲ ਅਫਸਰਾਂ ਦੀ। IOA ਦੀ ਮੈਡੀਕਲ ਟੀਮ ਖਾਸ ਕਰਕੇ ਡਾਕਟਰ ਪ੍ਰਤੀ ਨਫ਼ਰਤ ਜੋ ਹੈ ਅਸਵੀਕਾਰਯੋਗ ਹੈ। ਕਿਸੇ ਸਿੱਟੇ 'ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ 'ਤੇ ਵਿਚਾਰ ਕਰਾਂਗੇ। PT ਊਸ਼ਾ ਨੇ ਅੱਗੇ ਕਿਹਾ, IOA ਦੁਆਰਾ ਨਿਯੁਕਤ ਮੁੱਖ ਮੈਡੀਕਲ ਅਫਸਰ ਅਤੇ ਉਹਨਾਂ ਦੀ ਟੀਮ ਨੂੰ ਖੇਡਾਂ ਤੋਂ ਕੁਝ ਮਹੀਨੇ ਪਹਿਲਾਂ ਬੋਰਡ ਵਿੱਚ ਲਿਆਂਦਾ ਗਿਆ ਸੀ। ਉਹਨਾਂ ਦਾ ਕੰਮ ਈਵੈਂਟ ਦੌਰਾਨ ਅਤੇ ਬਾਅਦ ਵਿੱਚ ਰਿਕਵਰੀ ਅਤੇ ਸੱਟ ਪ੍ਰਬੰਧਨ ਵਿੱਚ ਐਥਲੀਟਾਂ ਦੀ ਸਹਾਇਤਾ ਕਰਨਾ ਸੀ। ਇਸ ਤੋਂ ਇਲਾਵਾ IOA ਮੈਡੀਕਲ ਟੀਮਾਂ ਨੂੰ ਉਹਨਾਂ ਦੇ ਐਥਲੀਟਾਂ ਦਾ ਸਪੋਰਟ ਕਰਨ ਲਈ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਕੋਲ ਪੋਸ਼ਣ ਵਿਗਿਆਨੀਆਂ ਅਤੇ ਫਿਜ਼ੀਓਥੈਰੇਪਿਸਟਾਂ ਦੀ ਆਪਣੀ ਟੀਮ ਨਹੀਂ ਸੀ। ਉਹਨਾਂ ਇਹ ਵੀ ਕਿਹਾ ਕਿ ਪੈਰਿਸ ਓਲੰਪਿਕ ਵਿੱਚ ਹਰ ਭਾਰਤੀ ਐਥਲੀਟ ਕੋਲ ਅਜਿਹੀਆਂ ਖੇਡਾਂ ਵਿੱਚ ਆਪਣੀ ਸਪੋਰਟ ਟੀਮ ਹੈ। ਇਹ ਟੀਮਾਂ ਕਈ ਸਾਲ ਤੋਂ ਐਥਲੀਟਾਂ ਨਾਲ ਕੰਮ ਕਰ ਰਹੀਆਂ ਨੇ।